हाँ जी नमस्कार, चमकते सितारे प्रोग्राम थोड़ा स्वागत है। मैं हाँ दविंदर वर्मा। डेट ऑफ बर्थ टाइम तुरंत थोड़ी समस्या का हल, जो किसी की फोन कॉल लगती टीवी की वॉल्यूम घट रखनी। हैलो हेलो बोलो जी बोलो। हाँ जी 4 अक्टूबर 1979 जी 1969 जन्म है। 4 अक्टूबर 1979 जी 5 बजे का नाड़ मिनट गुजरे जी। हेलो हेलो हेलो। हाँ जी 5 बजे का नाड़ मिनट जी सवेरे। ठीक है जी, की बोलना चाहते हो? एक तो सेहत नहीं ठीक रही जी, एक मेरा काम कार नहीं चल रहा। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਪਰੰਦ ਤੋਂ ਜੀ। ਇੱਕ ਤਾਂ ਤੁਸੀਂ ਕੋਈ ਖੁਸ਼ੀ ਨਹੀਂ ਮਨਾਣੀ, ਝੂਠ ਨਹੀਂ ਬੋਲਣਾ, ਠੀਕ ਹੈ ਜੀ, ਤੇ ਮੂੰਹ ਦਿਹਾੜੀ 'ਚ 2-3 ਵਾਰੀ ਧੋਣਾ, ਠੀਕ ਹੈ ਜੀ, ਤੇ ਛੋਲੇ ਦਾਲ ਧਾਰਮਿਕ ਸਥਾਨ 'ਤੇ ਦਾਨ ਦੇਣੀ, ਠੀਕ ਹੈ, ਘਰ ਦੇ ਬਾਹਰ ਝਾੜੂ ਲਗਾਉਣਾ, ਠੀਕ ਹੈ, ਰੋਟੀ ਜ਼ਿਆਦਾ ਜਿੱਥੇ ਬੰਦੀ ਬੈਠ ਕੇ ਖਾਣੀ, ਰਸੋਈ 'ਚ ਖਾਣੀ ਜੀ, ਹਾਂਜੀ, ਠੀਕ ਹੈ ਜੀ, ਤੇ ਤੁਹਾਨੂੰ ਫਾਇਦਾ ਜਿਹੜਾ ਹੈ 7ਵੇਂ ਮਹੀਨੇ ਦੀ 10 ਤਰੀਕ ਤੋਂ ਬਾਅਦ ਬਹੁਤ ਹੋਣ ਲੱਗ ਜਾਊਗੇ। ਅੱਛਾ ਜੀ। ਲੇਕਿਨ ਹੋਰ ਵੀ ਕੁਛ ਨੁਕਸਾਨ ਬੰਦ ਹੋ ਜਾਊਗੇ। ਠੀਕ ਹੈ ਜੀ। ਤੁਹਾਡਾ ਮਾੜਾ ਚੱਲ ਰਿਹਾ। ਠੀਕ ਹੈ ਜੀ। ਜੈ ਸ਼੍ਰੀ ਰਾਮ। ਜੈ ਜੈ। ਹੈਲੋ। ਨਮਸਤੇ ਜੀ। ਹਾਂਜੀ। ਸਰ ਮੈਂ ਕਾਦੀ ਤੋਂ ਗੱਲ ਕਰ ਰਿਹਾ। ਹਾਂਜੀ ਡੇਟ ਔਰ ਟਾਈਮ ਸਰ? ਸਰ 10/2/1994। 10/2/1994। ਆ ਦੂਜਾ ਲਿਆ 1993। ਟਾਈਮ ਸਵੇਰ ਦਾ ਸਰ ਸਵੇਰ ਦਾ ਸਵੇਰ ਦਾ ਕਿ ਸ਼ਾਮ ਦਾ? ਸਵੇਰ ਦਾ ਸਰ, ਦਿਨ ਵੀ ਯਾਰ ਸਵੇਰ ਦਾ। ਹਾਂਜੀ ਸਰ। ਸਾਢੇ ਕਿੰਨੇ ਸਵੇਰ ਦਾ ਕਿੰਨੇ ਵਜੇ ਦਾ? ਸਰ ਪੂਰੇ 6 ਵਜੇ ਦਾ ਦਿਨ ਵੀ ਯਾਰ। ਕੀ ਨਾ ਜਾਣੇ ਹੋ? ਸਰ ਮੈਂ ਰਸ਼ੀਆ ਵਾਸਤੇ ਪਾਸਪੋਰਟ ਲਾਇਆ ਸਰ। ਅੱਛਾ ਜੀ ਜੀ ਸਰ, ਉਹ ਤਾਂ ਪੁੱਛਣਾ ਸਰ। ਉੱਥੇ ਕੀ ਕਰੇਗਾ ਜਾ ਕੇ? ਜੀ ਸਰ ਉੱਥੇ ਕੀ ਕਰੇਗਾ ਜਾ ਕੇ? ਸਰ ਉੱਥੇ ਸਟਾਫ ਹੋਲਡਿੰਗ ਦੇ ਕੰਮ 'ਚ ਲਾਇਆ ਸਰ। ਕਾਹਦੇ ਵਾਸਤੇ? ਦੇਖ ਪਤਾ ਕੀ ਗੱਲ ਹੈ, ਮੈਂ ਕਿਹਾ ਪੈਸੇ ਕਿੰਨੇ ਦੇਣਗੇ ਉੱਥੇ? ਪੈਸੇ ਕਿੰਨੇ ਲਾ ਕੇ ਜਾ ਰਹੇ ਹੈ? 60,000 ਰੁਪਿਆ ਵੈਸੇ ਤਾਂ ਜੇ ਕੋਈ ਪੈਸਾ ਉਹਨੇ ਲਿਆ ਨੀ ਮੇਰੇ ਕੋਲ। ਝੂਠ ਨੀ ਬੋਲਣਾ, 43 ਦਿਨ ਲਗਾਤਾਰ ਨੀਲੇ ਜਾਂ ਜਾਮਨੀ ਕਲਰ ਦੇ ਫੁੱਲ ਜ਼ਮੀਨ 'ਚ ਦਬਾਣੇ। ਤਰਤਾਲੀ ਦਿਨ ਲਗਾਤਾਰ ਨੀਲੇ ਜਾਂ ਜਾਮਨੀ ਫੁੱਲ ਜ਼ਮੀਨ 'ਚ ਦਬਾਣੇ, ਬਸ ਇਹੀ ਉਪਾਏ ਕਰਨੇ ਆ। ਜੈ ਸ਼੍ਰੀ ਰਾਮ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੇਟ ਔਰ ਟਾਈਮ ਦੱਸੋ। 2/4/1997। ਜਨਮ ਦਾ ਟਾਈਮ? ਸਵੇਰ ਦਾ ਹੈ। ਕਿੰਨੇ ਵਜੇ ਦਾ? ਇੰਨਾ ਨਹੀਂ ਪਤਾ ਜੀ। ਟਾਈਮ ਦਾ ਪਤਾ ਕਿ ਨਹੀਂ ਜੀ? ਨਹੀਂ ਨਹੀਂ ਜੀ। ਅੱਛਾ ਜੀ, ਕੀ ਬੋਲਣਾ ਚਾਹੁੰਦੇ ਹੋ? ਮੈਂ ਆਪਣੇ ਕੰਮ ਬਾਰੇ ਕੁਛ ਸੁਣਿਆ, ਰੁਕਾਵਟਾਂ ਬਹੁਤ ਪੈਂਦੀਆਂ ਨੇ ਨਾਲੇ ਮਿਊਜ਼ਿਕ ਲੈਣ 'ਚ ਮੇਰੀ ਰੱਖੀ ਹੋਊਗੀ। ਕਿੱਦਾਂ? ਮੇਰੇ ਕੰਮ 'ਚ ਰੁਕਾਵਟਾਂ ਬਹੁਤ ਪੈਂਦੀਆਂ ਅਤੇ ਨਾਲੇ ਮੈਂ ਪੁੱਛਣਾ ਚਾਹੁੰਦਾ, ਮੈਂ ਸਿੰਗਿੰਗ ਕਰਦਾ, ਮੇਰੀ ਮਿਊਜ਼ਿਕ ਲੈਣ 'ਚ ਤਰੱਕੀ ਹੋਊਗੀ। ਤੇਰੀ ਪਹਿਲੇ ਕਾਲ ਕਦੋਂ ਲੱਗੀ ਸੀ? ਹਾਂਜੀ, ਤੇਰੀ ਪਹਿਲੇ ਕਾਲ ਕਦੋਂ ਲੱਗੀ ਸੀ? ਪਹਿਲੀ ਗੱਲ ਪਰਸੋਂ ਚੌਥੇ ਲਾਉਣ ਨਾਲ ਲੱਗਦਾ ਕੱਟੀ ਜਾਂਦੀ ਗੱਲ ਨਹੀਂ ਹੁੰਦੀ। ਲੱਗੀ ਹੋਈ ਹੈ ਤੇਰੀ ਪਹਿਲੇ ਵੀ ਕਾਲ? ਹਾਂਜੀ। ਹਾਲੇ ਟਾਈਮ ਠੀਕ ਨਹੀਂ ਜਾ ਰਿਹਾ, 2017 ਦੇ 10ਵੇਂ ਮਹੀਨੇ ਤੋਂ ਬਾਅਦ ਟਾਈਮ ਕੁਛ ਠੀਕ ਸ਼ੁਰੂ ਹੋਊਗਾ। ਲੇਕਿਨ 2017 ਦੇ ਇੰਤਜ਼ਾਰ ਕਰਨਾ ਪਊਗਾ 2019-18 ਦੇ 10ਵੇਂ ਮਹੀਨੇ ਤੱਕ। 19 ਟਾਈਮ ਠੀਕ ਹੋ ਗਿਆ ਤੇਰਾ, ਤੇ ਮਾਤਾ ਪਿਤਾ ਦਾ ਕਹਿਣਾ ਮੰਨਣਾ, ਲੜਨਾ ਨਹੀਂ ਕਰੇ ਤੇ ਕਦੇ ਕਦੇ ਹੈਲੋ ਸਤਿ ਸ਼੍ਰੀ ਅਕਾਲ ਜੀ। 10/6/1996
10/6/96 ਜਨਮ ਦਾ ਟਾਈਮ ਤੇ ਟਾਈਮ ਹੈਗਾ ਜੀ 5:15 ਸ਼ਾਮ ਦੇ 5:15 ਸ਼ਾਮ ਦੇ 5:15 ਹਾਂਜੀ ਕੀ ਬੋਲਣਾ ਚਾਹੁੰਦੇ ਹੋ ਹੈਲੋ ਹੈਲੋ ਹਾਂਜੀ ਕੀ ਬੋਲਣਾ ਚਾਹੁੰਦੇ ਹੋ ਲੜਕੇ ਬਾਰੇ ਪੁੱਛਣਾ ਜੀ ਉਹਦੇ ਡਿਪਲੋਮਾ ਕੀਤਾ ਜੀ ਕੰਪਿਊਟਰ ਦਾ ਉਹਨੇ ਕੀ ਉਹ ਕੋਈ ਬਾਹਰ ਜਾਂਦਾ ਜੁਗਾ ਕਿ ਸਰਕਾਰੀ ਨੌਕਰੀ ਕਰ ਸਕਦਾ ਦੇਖੋ ਜੀ ਜੇ ਤਾਂ ਬਾਹਰ ਦਾ ਯੋਗ ਬਣਾਉਣਾ ਬੱਚੇ ਦਾ ਤੇ ਬਣ ਜਾਊਗਾ 6 ਮਹੀਨੇ ਤੋਂ ਬਾਅਦ ਕਿਸੇ ਨੂੰ ਪੈਸੇ ਨਹੀਂ ਦੇਣੇ ਠੀਕ ਹੈ ਨਾ 9 ਮਹੀਨੇ ਤੋਂ ਬਾਅਦ 9-10 ਮਹੀਨੇ ਤੋਂ ਬਾਅਦ ਕਿਸੇ ਨੂੰ ਪੈਸੇ ਨਹੀਂ ਦੇਣੇ ਠੀਕ ਹੈ ਤੇ ਕਾਗਜ਼ੀ ਕਾਰਵਾਈ ਪੂਰੀ ਕਰੋ ਜੇ ਪੈਸੇ ਦੇਣੇ ਤੇ ਬੈਂਕ ਰਾਹੀਂ ਦਵੋ ਠੀਕ ਹੈ ਤੇ ਇਹ ਚਲੇ ਜਾਊਗਾ ਬਾਹਰ ਜਾਣ ਦਾ ਯੋਗ ਬਣਦਾ ਜ਼ਿਆਦਾ ਨੌਕਰੀ ਦਾ ਇੱਥੇ ਘੱਟ ਹੈਗੀ ਆ ਆਸ ਬਾਹਰ ਜ਼ਿਆਦਾ ਆ ਉਹ ਤੁਸੀਂ ਛੱਡ ਦੋ ਤਾਂ ਮਾੜੀ ਮੋਟੀ ਨੌਕਰੀ ਉਹਨੂੰ ਕੀ ਕਰਨਾ ਆ 11,000 ਰੁਪਿਆ ਮੇਰੀ ਗੱਲ ਸੁਣੋ ਨੈਟਵਰਕ ਵਾਲੇ ਦੇ ਕਿੱਦਾਂ 11,000 ਰੁਪਏ ਪੱਲਿਓ ਕਿੰਨੇ ਲਾਊਗਾ ਪਹਿਲੇ ਪੱਲਿਓ ਚੰਡੀਗੜ੍ਹ ਦੀ ਆਫਰ ਆਈ ਹੈ ਆਹੋ ਪਹਿਲੇ ਪੈਸੇ ਕਿੰਨੇ ਲਾਊਗਾ ਰਿਸ਼ਤੇਦਾਰਾਂ ਨੂੰ ਮੈਂਬਰ ਬਣਾਊਗਾ ਜਾ ਕੇ ਠੀਕ ਹੈ ਜੀ ਘਰ ਘਰ ਜਾਊਗਾ ਰਿਸ਼ਤੇ ਸ਼ਰਮ ਦੇ ਮਾਰੇ ਇੱਕ ਅੱਧਾ ਰਿਸ਼ਤੇ ਦਾ ਪੈਸੇ ਦੇ ਦੂਗਾ ਕੋਈ ਦਫ਼ਤਰ ਨੀ ਬੈਠੇ ਸਭ ਗੱਲਾਂ ਹੀ ਹੈ ਮੇਰੀ ਗੱਲ ਸੁਣ ਲੋ ਤੁਹਾਡੇ ਘਰੇ ਬੈਠੇ ਫੋਨ ਆ ਜੂਗਾ ਤੁਸੀਂ ਘਰੇ ਬੈਠੇ ਕੰਮ ਕਰੋ ਪਹਿਲੇ ਬੱਚੇ ਨੂੰ ਕੋਈ ਕਿਸੇ ਚੰਗੇ ਪਾਸੇ ਲਾਓ ਠੀਕ ਹੈ ਮੁੜ ਕੇ ਉੱਥੇ ਜਾ ਕੇ ਫਿਰ ਤੁਹਾਡਾ ਬੱਚਾ ਹੱਥ ਚੋਂ ਨਿਕਲ ਜਾਊਗਾ ਹਾਂਜੀ ਹਾਂਜੀ ਇਸ ਕਰਕੇ ਲਾਲਚ ਨਾ ਕਰੋ ਬੱਚੇ ਨੂੰ ਇੱਥੇ ਆਪਦੇ ਕੋਲ ਰੱਖੋ ਇਹਨੂੰ ਕੋਈ ਬੋਲਣਾ ਘੱਟ ਹੈ ਬਹਿਸਣਾ ਘੱਟ ਹੈ ਸੂਰਜ ਨੂੰ ਜਲ ਦੇਣਾ ਤੇ ਆਪਦੇ ਕੋਈ ਇਹਨੂੰ ਹੱਥ ਦਾ ਕਾਰੀਗਰ ਬਣਾਓ ਠੀਕ ਹੈ ਜੀ ਤੇ ਇਹਦਾ ਜੋ ਕੋਈ ਨੌਕਰੀ ਦਾ ਹੈਗਾ ਮੈਂ ਕਹਿੰਦਾ ਤਾਂ ਨੌਕਰੀ ਬਾਹਰ ਦਾ ਵੀ ਨੌਕਰੀ ਬਣ ਜੂਗਾ ਇੱਥੇ ਦੇ ਚੱਕਰਾਂ 'ਚ ਘੱਟ ਪਵੋ ਤੁਸੀਂ ਜੈ ਸ਼੍ਰੀ ਰਾਮ ਹੈਲੋ ਹੈਲੋ ਨਮਸਤੇ ਪੰਡਿਤ ਜੀ ਡੇਟ ਟੂ ਟਾਈਮ ਦੱਸੋ ਜੀ 19/4/2017 ਹੈਲੋ ਇੱਕ ਮਿੰਟ ਜੀ ਜਨਮ ਦਾ ਟਾਈਮ 3:01 ਤੇ ਦਿਨ ਦਾ 3:01 ਦੁਪਹਿਰ ਦਾ ਜੀ ਹਾਂਜੀ ਸ਼ੁੱਕਰਵਾਰ ਦਾ ਦਿਨ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਹਰੀ ਮੂੰਗੀ 2-3 ਵਾਰੀ ਧਾਰਮਿਕ ਸਥਾਨ ਤੇ ਦਾਨ ਦਵੋ ਇੱਕ ਚਾਕੂ ਨਾਲ ਪਾਣੀ ਕੱਟ ਕੇ ਪੀਣਾ ਕਦੇ 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 ਗਲਾ ਮਲਣਾ ਠੀਕ ਹੈ ਜੀ ਇਹ ਅਪਾਈ ਕਰਾਓ ਤੇ ਇੱਕ ਇਹਨੂੰ ਨਾ ਬੱਚੇ ਨੂੰ ਚਾਂਦੀ ਦਾ ਕੜਾ ਪਵਾ ਦਿਓ ਚਾਂਦੀ ਦਾ ਕੜਾ ਹਾਂਜੀ ਜੈ ਸ਼੍ਰੀ ਰਾਮ ਹੈਲੋ 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 ਹਾਂਜੀ ਹਾਂਜੀ ਉੱਤਰਾਖੰਡ ਤੋਂ ਬੋਲਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਬੱਚੇ ਬਾਰੇ ਪੁੱਛਣਾ ਜੀ ਸਾਡਾ ਬੱਚਾ ਜਿਹੜਾ ਗੋਲੀ ਕਰਦਾ ਹੈ ਜੀ ਡੇਟ ਔਰ ਟਾਈਮ ਦੱਸੋ ਟਾਈਮ ਉਹਦਾ ਹੈਗਾ 24/9/2010 ਬੱਚਾ ਜਿੱਦ ਛੱਡ ਦੂਗਾ ਨਹੀਂ ਮੈਂ ਕਿਹਾ ਗੰਡਮੂਲ ਦਾ ਉਪਾਏ ਕਰਾ ਲਿਆ ਕਿ ਜਿੱਦ ਛੱਡ ਦੂਗਾ ਕੋਈ ਅਪਾਏ ਕਰਾਈ ਜਾਵੇ ਤੇ ਕੋਈ ਅਸਰ ਨੀ ਹੋਣਾ ਨੰਬਰ 2
ਇਹ ਬੱਚਾ ਤੁਹਾਡਾ ਸ਼ੁਰੂ ਤੋਂ ਜਿੱਦੀ ਹੈਗਾ ਆ। ਅੱਛਾ ਜੀ। ਰੋਂਦਾ ਜ਼ਿਆਦਾ ਆ, ਮਰਜ਼ੀ ਆਪਦੀ ਕਰਦਾ, ਜਿੱਦ ਪਗਾ ਕੇ ਹਟਦਾ। ਹਾਂਜੀ ਹਾਂਜੀ। ਪੇਟ ਜਲਦੀ ਖਰਾਬ ਹੋ ਜਾਊਗਾ। ਹਾਂਜੀ। ਜੇ ਇੱਥੇ ਬਹੁਤ ਜ਼ਿਆਦਾ ਵਿਦਵਾਨ ਬੰਦੇ ਬੈਠੇ ਆ ਨਾ, ਹਾਂਜੀ ਹਾਂਜੀ, ਸਭ ਨੂੰ ਪਤਾ ਹੁੰਦਾ ਸਹੀ ਜਿਹੜਾ ਇਹਦਾ ਉਪਾਏ ਕਰਨਾ ਨਾ ਤੁਸੀਂ ਗਣਮੂਲ ਦਾ, ਜਾਂ ਤਾਂ 27 ਦਿਨਾਂ ਤੋਂ ਹੁੰਦਾ, ਜਾਂ 27 ਮਹੀਨਿਆਂ ਤੋਂ ਹੁੰਦਾ, ਜਾਂ 27 ਸਾਲਾਂ ਤੋਂ ਹੁੰਦਾ। ਵਿੱਚੋਂ ਆਪਾਂ ਪਾਈ ਕਰਾਉਣੇ, ਕੋਈ ਫਾਇਦਾ ਨਹੀਂ। ਅੱਛਾ ਜੀ। ਅੱਛਾ ਜੀ। ਦੂਸਰੇ ਨੰਬਰ ਤੇ ਇਸ ਬੱਚੇ ਨੂੰ ਚਾਂਦੀ ਦਾ ਕੜਾ ਬਗੈਰ ਜੋੜ ਦੋ। ਅੱਛਾ ਜੀ। ਇੱਕ ਚਾਂਦੀ ਦੀ ਛੋਟੀ ਜਿਹੀ ਮੱਛਲੀ ਖਰੀਦ ਕੇ ਤੇ ਗਲੇ ਚ ਪਾ ਦੋ। ਵਾਈਟ ਦੁੱਧ ਨਹੀਂ ਪੀਣਾ, ਮੱਛਲੀ ਨੂੰ ਆਟਾ ਪਾਉਣਾ ਕਦੇ ਕਦੇ। ਅੱਛਾ। ਮੱਝਾਂ ਦੀ ਗਾਈਆਂ ਰੱਖੀਆਂ ਤੇ ਗਾਈਆਂ ਦੇ ਹੱਥ ਕੋਲ ਮੈਂ ਕੀ ਕਿਹਾ ਹੈਗਾ? ਹਾਂਜੀ ਹਾਂਜੀ। ਮੈਂ ਕਿਹਾ ਮੱਛਲੀਆਂ ਨੂੰ ਆਟਾ ਪਾਉਣਾ। ਅੱਛਾ, ਮੱਛਲੀਆਂ ਨੂੰ। ਠੀਕ ਹੈ ਠੀਕ ਹੈ। ਮੱਛਲੀ ਗਲ ਚ ਪਾਣੀ। ਅੱਛਾ ਜੀ। ਜੇ ਗਾਵਾਂ ਮੱਝਾਂ ਰੱਖੀਆਂ ਮੈਨੂੰ ਦੇ ਜੋ। ਠੀਕ ਹੈ ਜੀ। ਅੱਛਾ ਜੀ। ਦੂਜੇ ਨੰਬਰ ਤੇ ਇਸ ਬੱਚੇ ਦੀ ਜਿਹੜੀ ਪੜ੍ਹਾਈ, ਇਹਨੂੰ ਜਿੰਨਾ ਤੁਸੀਂ ਰੋਟੀ ਰਸੋਈ ਖਾਓਗੇ ਓਨਾ ਹੀ ਜ਼ਿਆਦਾ ਇਹ ਬੱਚਾ ਅੱਛਾ ਹੋ ਜਾਊਗਾ। ਅੱਛਾ ਜੀ। ਕਦੇ ਕਦੇ ਦੁੱਧ ਮਲ ਕੇ ਗਾਂ ਦੇ ਦੁੱਧ ਨਾਲ ਨਹਾਇਆ ਕਰੇ। ਅੱਛਾ ਜੀ। ਅੱਛਾ ਜੀ। ਤੇ ਜਦੋਂ ਇਹ ਬੱਚਾ ਵੱਡਾ ਹੋ ਜੇ, ਇਹਨੂੰ ਮਾਂ ਤੋਂ ਦੂਰ ਕੰਮ ਕਰਵਾਉਣਾ, ਨੇੜੇ ਰਹਿ ਕੇ ਕੰਮ ਨਹੀਂ ਕਰਨਾ ਇਹਨੇ ਤੁਹਾਡੇ। ਅੱਛਾ ਜੀ। ਹਾਂਜੀ। ਗੋਦ ਲਿਆ, ਦੋਧਾ ਲਿਆ, ਗੋਦ ਲਿਆ, ਇਹਨੂੰ ਗੋਦ ਲਿੱਤਾ ਹੈ। ਇੱਕ ਗੱਲ ਹੋਰ ਸੁਣ ਲਓ। ਹਾਂਜੀ ਹਾਂਜੀ। ਜਿਹੜੀ ਮਾਂ ਬੱਚੇ ਦੀ ਪਰਵਰਿਸ਼ ਕਰਦੀ ਹੈ, ਹਾਂਜੀ ਹਾਂਜੀ, ਤੇ ਜਨਮ ਦਿੰਦੀ ਹੈ, ਹਾਂਜੀ ਹਾਂਜੀ, ਦੋਨਾਂ ਦਾ ਫੈਕਟ ਬਰਾਬਰ ਦਾ ਹੁੰਦਾ ਹੈ। ਹਾਂਜੀ ਹਾਂਜੀ। ਇੱਕ ਬੱਚਾ ਤੁਸੀਂ ਜੰਮਦੇ ਨੂੰ ਪਾਲ ਲਿਆ, ਹਾਂਜੀ ਹਾਂਜੀ, ਤੇ ਜੇ ਢਿੱਡੋ ਜਨਮ ਨਹੀਂ ਦਿੱਤਾ, ਹਾਂਜੀ ਹਾਂਜੀ, ਤੇ ਪਿਆਰ ਤਾਂ ਤੁਸੀਂ ਢਿੱਡੋ ਜੰਮਣ ਤੋਂ ਵੱਧ ਕਰ ਲਿਆ ਨਾ। ਹਾਂਜੀ ਹਾਂਜੀ। ਇਸ ਕਰਕੇ ਤੁਹਾਡਾ ਅਸਰ ਵੀ ਉਸ ਬੱਚੇ ਤੇ ਹੁੰਦਾ ਹੈ। ਹਾਂਜੀ ਹਾਂਜੀ। ਇਹ ਬੱਚਾ ਪੈਸੇ ਬਹੁਤ ਕਮਾਊਗਾ, ਚਿੰਤਾ ਨਾ ਕਰੋ, ਤੁਹਾਨੂੰ ਪੈਸਾ ਬਹੁਤ ਦਊਗਾ, ਪਰ ਕੁਛ ਇਹਦਾ ਟਾਈਮ ਬਚਾ ਕੇ ਰੱਖੋ, ਪਾਣੀ ਬਿਜਲੀ ਤੋਂ ਅੱਗ ਤੋਂ ਇਹਨੂੰ ਬਚਾ ਕੇ ਰੱਖਣਾ 3 ਸਾਲ। ਹਾਂਜੀ। ਜੈ ਸ਼੍ਰੀ ਰਾਮ। ਹੈਲੋ। ਹਾਂਜੀ, ਨਮਸਕਾਰ ਜੀ। ਨਮਸਕਾਰ ਜੀ, ਕੀ ਪੁੱਛਣਾ ਚਾਹੁੰਦੇ ਹੋ? 11/2/94 ਸੁਬਹਾ 9:55 ਦਾ ਜਨਮ ਆ ਜੀ ਬੱਚੇ ਦਾ। 11/2 94 ਜਨਮ ਦਾ ਟਾਈਮ, 9:55 ਸਵੇਰ ਦਾ ਟਾਈਮ ਜੀ। 9:55 ਜੀ। ਇੱਕ ਮਿੰਟ ਜੀ। 11 ਹੁਣ ਦੁਬਾਰਾ ਦੱਸਿਓ। 11/2/94 11/2/94 ਹਾਂ ਜੀ। ਜਨਮ ਦਾ ਟਾਈਮ 9:55 ਸਵੇਰ ਦਾ ਜੀ। ਹਾਂਜੀ, ਕੀ ਪੁੱਛਣਾ ਜੀ? ਬਾਹਰ ਜਾਣ ਬਾਰੇ ਬੱਚੇ ਪੁੱਛਣਾ ਸੀਗਾ ਜੀ। ਵੀਜ਼ਾ ਲਾਇਆ ਜੀ, 3 ਵਾਰਾਂ ਲਾਏ, 3 ਰਿਜੈਕਟ ਹੋ ਗਏ ਜੀ। ਅੱਛਾ ਜੀ, ਕਿਹੜੀ ਜਗ੍ਹਾ ਦਾ ਲਾਇਆ ਜੀ? ਅਜੀ ਕੈਨੇਡਾ ਦਾ ਲਾਇਆ ਸੀਗਾ ਜੀ। ਹਾਂਜੀ, ਕੈਨੇਡਾ ਦਾ ਲਾਇਆ ਜੀ, ਕੈਨੇਡਾ ਦਾ ਜੀ, ਕੈਨੇਡਾ ਦਾ। ਹਾਂਜੀ। ਇਹ ਪੜ੍ਹਨ ਦੇ ਵੇਸ ਤੇ ਲਾਇਆ ਸੀ? ਹਾਂਜੀ, ਪੜ੍ਹਨ ਵੇਸ ਤੇ ਲਾਇਆ ਸੀਗਾ ਜੀ। ਕਿੰਨੇ ਬੈਂਡ ਆਏ ਸੀਗੇ? 6.5 ਬੈਂਡ ਜੀ। ਅੱਛਾ ਜੀ। ਪੇਪਰ ਸਾਰੇ ਹੋ ਕੇ ਦਿੱਲੀ ਵਿੱਚ ਅੱਗੇ ਪੇਪਰ ਹੋ ਕੇ ਆ ਰਹੇ ਜੀ। ਪਤਾ ਕੀ ਹੁੰਦਾ ਜੀ? ਹਾਂਜੀ, ਤੁਹਾਡੇ ਬੱਚੇ ਦੇ ਵਿੱਚ ਕੋਈ ਕਮੀ ਨਹੀਂ ਸੀਗੀ। ਹਾਂਜੀ। ਜਿਹੜੇ ਕਾਗਜ਼ ਪੱਤਰ ਕਿਸੇ ਬੰਦੇ ਨੇ ਭੇਜੇ ਜਾਂ ਲਾਏ ਹੈ, ਹਾਂਜੀ, ਉਸ ਬੰਦੇ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੈ? ਹਾਂਜੀ। ਬੱਚਾ ਤੁਹਾਡਾ ਬਾਹਰ ਜਾਊਗਾ ਜ਼ਰੂਰ। ਠੀਕ ਹੈ ਜੀ। ਅਸੀਂ ਦੱਸ ਕੇ ਜਾਂਦੇ ਹੁੰਦੇ ਹਾਂ, ਹਾਂਜੀ, ਕਿ ਛੋਟੇ ਛੋਟੇ ਉਪਾਏ ਕਰੋ, ਹਾਂਜੀ, ਫਾਇਦਾ ਹੋਊਗਾ। ਹਾਂਜੀ। ਹੁਣ ਤੁਹਾਨੂੰ ਮੈਂ ਕੱਲ ਟੀਵੀ ਤੇ ਦੱਸ ਕੇ ਗਿਆ ਸੀਗਾ, ਹਾਂਜੀ, ਕਿ ਅਸੀਂ ਆਪਦੇ ਬੱਚੇ ਦਾ ਵੀਜ਼ਾ ਲਾਇਆ, ਹਾਂਜੀ, ਸਾਡੇ ਬੱਚੇ ਦੀ ਸ਼ਾਦੀ ਹੋਈ ਹੈ, ਹਾਂਜੀ, 3 ਮਹੀਨੇ ਦੀ 4 ਤਰੀਕ ਨੂੰ, ਹਾਂਜੀ, ਅਸੀਂ ਉਹਦਾ ਫੋਰਨ ਚ ਸ਼ਾਦੀ ਹੋਈ ਹੈ, ਅਸੀਂ ਉਹਦਾ ਟੂਰਿਸਟ ਵੀਜ਼ਾ ਅਪਲਾਈ ਕਰਤਾ, ਹਾਂਜੀ, ਪਰ ਅਸੀਂ ਕੋਈ ਰੋਲਾ ਨਹੀਂ ਪਾਇਆ, ਹਾਂਜੀ, ਉਹ ਸਾਡੇ ਬੱਚੇ ਦੇ ਗ੍ਰਹਿ ਖਰਾਬ ਸੀ, ਅਸੀਂ ਅਪਾਏ ਨਾਲ ਨਾਲ ਕਰਦੇ ਰਹੇ। ਠੀਕ ਹੈ ਜੀ। ਉਹਦਾ ਵੀਜ਼ਾ ਹਰੇਕ ਬੰਦਾ ਕਹਿੰਦਾ ਸੀਗਾ ਜੀ, ਵੀਜ਼ਾ ਉਹਦੀ ਇੰਟਰਵਿਊ ਵੀ ਆ ਗਈ, ਇੰਟਰਵਿਊ ਵੀ ਕਲੀਅਰ ਕਰ ਲਈ ਲੋਕ, ਤੇ ਵੈਸੇ ਹਰੇਕ ਬੰਦਾ ਆਈਡੀਆ ਲਾਉਂਦਾ ਸੀ ਵੀਜ਼ਾ ਮਿਲੂਗਾ 3-4 ਮਹੀਨਿਆਂ ਦਾ। ਹਾਂਜੀ ਹਾਂਜੀ। ਠੀਕ ਹੈ ਜੀ। ਉਹ ਲੇਕਿਨ ਉਹਨੂੰ ਵੀਜ਼ਾ ਮਿਲਿਆ 10 ਸਾਲ ਦਾ। ਅੱਛਾ ਜੀ, ਬਹੁਤ ਵਧੀਆ ਜੀ। ਠੀਕ ਹੈ ਜੀ। ਪਰ ਜਾ ਕੇ 2-3 ਮਹੀਨਿਆਂ 'ਚ ਪੱਕੇ ਤਾਂ ਬੱਚੇ ਨੇ ਹੋ ਜਾਣਾ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਬੱਚੇ ਦੇ ਉਪਾਏ ਕਰਨੇ, ਤੁਸੀਂ ਕਾਲੇ ਮਾਂ ਗੁਰਦੁਆਰੇ ਦਾਨ ਦੇਣੇ ਹੈ। ਠੀਕ ਹੈ ਜੀ। ਜਿਸ ਬੰਦੇ ਨੇ ਤੁਹਾਡੀ ਫਾਈਲ ਲਾਈ ਹੈ, ਹਾਂਜੀ, ਉਹ ਤੁਸੀਂ ਫਾਈਲ ਜਾਂ ਤਾਂ ਦੁਬਾਰਾ ਲਵਾਓ ਕਿਸੇ ਹੋਰ ਬੰਦੇ ਦੇ ਥਰੂ,
ਲੇਟ ਹੋ ਜਾਊਗਾ ਬੱਚਾ ਜਾਊਗਾ ਜ਼ਰੂਰ ਠੀਕ ਹੈ ਜੀ ਤੇ ਇੱਕ ਵਾਰੀ ਤੁਸੀਂ ਮੈਨੂੰ ਆਣ ਕੇ ਮਿਲ ਲਓ ਠੀਕ ਹੈ ਚਮੜੇ ਦੀ ਚੀਜ਼ ਬੱਚੇ ਨੇ ਫ੍ਰੀ ਚ ਨਹੀਂ ਲੈਣੀ ਗੁਰਦੁਆਰੇ ਦੇ ਵਿੱਚ ਜਾ ਕੇ ਸੇਵਾ ਕਰਨੀ ਤੇ ਵੀਰਵਾਰ ਤੋਂ ਲੈ ਕੇ ਵੀਰਵਾਰ ਤੱਕ ਛੋਲਿਆਂ ਦੀ ਦਾਲ ਠੀਕ ਹੈ ਸਥਾਨ ਤੇ ਦਾਨ ਦੇਣੀ ਹਾਂਜੀ ਮਾਂ ਦੀ ਦਾਲ ਵੀ ਦੇਣੀ ਹੈ ਜੀ ਮਾਂ ਦੀ ਦਾਲ ਸ਼ਨੀਵਾਰ ਨੂੰ ਦੇਣੀ ਹੈ ਛੋਲੇ ਦਾਲ ਵੀਰਵਾਰ ਤੋਂ ਵੀਰਵਾਰ ਲਗਾਤਾਰ 8 ਦਿਨ ਦੇਣੀ ਹੈ ਠੀਕ ਹੈ ਜੀ ਠੀਕ ਹੈ ਵੀਰਵਾਰ ਜੈ ਸ਼੍ਰੀ ਕ੍ਰਿਸ਼ਨ ਹੈਲੋ 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 ਹਾਂਜੀ ਆਮਦਾ ਰਾਮ ਰਾਮ ਜੀ ਡੇਟ ਔਰ ਟਾਈਮ ਦੱਸੋ ਹਾਂਜੀ 3495 ਟਾਈਮ ਦੁਪਹਿਰ ਦਾ 3495 ਹਾਂਜੀ ਜਨਮ ਦਾ ਟਾਈਮ ਜੀ ਤਾਂ ਜਨਮ ਦਾ ਟਾਈਮ 11 ਤੋਂ 2 ਤੱਕ ਦਾ ਹੈਗਾ ਜੀ ਪੱਕਾ ਨਹੀਂ ਪਤਾ ਦੁਪਹਿਰ ਦਾ ਕਿ ਰਾਤ ਦਾ ਦੁਪਹਿਰ ਦਾ 11 ਤੋਂ 2 10 ਤੱਕ ਹਾਂਜੀ ਕੀ ਬੋਲਣਾ ਚਾਹੁੰਦੇ ਹੋ ਹਾਂਜੀ ਹਾਂਜੀ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਵਾ ਅੱਛਾ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਨਾਮੇ ਅੱਛਾ ਕੀ ਕਰਦੇ ਕੀ ਹੋ ਤੁਸੀਂ ਮੈਂ ਸਟੱਡੀ ਪਲੱਸ 2 ਦੇ ਪੇਪਰ ਦਿੱਤੇ ਆ ਮੈਂ ਜ਼ਿੰਦਗੀ ਮੇਰਾ ਬਾਹਰਲਾ ਬਣ ਜੂਗਾ ਜੀ ਵਜ਼ਨ ਕਿੰਨਾ ਤੇਰਾ ਹਾਂਜੀ 47 ਕਿਲੋ 47 ਕਿਲੋ ਇੱਕ ਤਾਂ ਪਤਾ ਕੀ ਹੈ ਹਾਂਜੀ ਪਹਿਲੀ ਗੱਲ ਤਾਂ ਆਪਾਂ ਐਡੀ ਵੱਡੀ ਸੋਚ ਲਈ ਬੈਠੇ ਕਿ ਬਾਹਰ ਜਾਣਾ ਹੈ ਹਾਂਜੀ ਜਾਂ ਤਾਂ ਬਾਹਰ ਦੀ ਤਿਆਰੀ ਤੈਨੂੰ ਕਰਨੀ ਚਾਹੀਦੀ ਸੀ ਹੁਣੇ ਲੇਕਿਨ ਹੁਣ ਤੇਰਾ ਟਾਈਮ ਜਿਹੜਾ ਨੰਗ ਹਾਂਜੀ ਕਿਉਂਕਿ ਕੋਈ ਆਈਲੈਸ ਕੀਤੀ ਹੈ ਕਿ ਨਹੀਂ ਕੀਤੇ ਨਹੀਂ ਨਹੀਂ ਮੈਨੂੰ ਰਿਜ਼ਲਟ ਆਉਣਾ ਹੀ ਹੁਣ ਕਰਨੀ ਸੀਗੀ ਹਲੇ ਕਰਨੀ ਸੀਗੀ ਦੇਖੋ ਜੇ ਤਾਂ ਤੂੰ ਕਰ ਲੈਂਦੀ ਪਹਿਲੇ ਫਿਰ ਤਾਂ ਤੇਰੀ ਇਸ ਸਾਲ ਚ ਤਿਆਰੀ ਹੋ ਜਾਂਦੀ ਅਗਲੇ ਸਾਲ ਵਾਸਤੇ ਤੈਨੂੰ ਵੇਟ ਕਰਨੀ ਪੈਣੀ ਹੈ ਅਪਾਏ ਕਰਨੇ ਪੈਣੇ ਹੈ ਫਿਰ ਵੀ ਔਖਾ ਯੋਗ ਬਣਨਾ ਹੈ ਹਾਂਜੀ ਇੱਕ ਖਿਜਣਾ ਨਹੀਂ ਜ਼ਿਆਦਾ ਹਾਂਜੀ ਤੇ ਇੱਕ ਆਪਦੇ ਗਲੇ ਦਾ ਧਿਆਨ ਰੱਖਣਾ ਲੱਕ ਦਾ ਧਿਆਨ ਰੱਖਣਾ ਤੇਰੇ ਲੱਕ ਚ ਦਰਦ ਜਲਦੀ ਸ਼ੁਰੂ ਹੋ ਜਾਊਗਾ ਜਾਂ ਗਲਾ ਖਰਾਬ ਹੋ ਜਾਊਗਾ ਹਾਂਜੀ ਹਰੀ ਮੂੰਗੀ ਧਾਰਮਿਕ ਸਥਾਨ ਤੇ ਦਾਨ ਬੁੱਧਵਾਰ ਨੂੰ ਇੱਕ ਵਾਰੀ ਹਾਂਜੀ ਬੱਚਿਆਂ ਨੂੰ ਟੋਫੀਆਂ ਵੰਡਣੀਆਂ ਹਾਂਜੀ ਸੌਂਫ ਜ਼ਿਆਦਾ ਖਾਣੀ ਹਾਂਜੀ ਇਹਦੇ ਨਾਲ ਤੇਰਾ ਸੁਭਾਅ ਠੀਕ ਹੋ ਜਾਊਗਾ ਹਾਂਜੀ ਫਿਰ ਤੂੰ ਉਸ ਤੋਂ ਬਾਅਦ ਅਗਲੇ ਸਾਲ ਆ ਕੇ ਮਿਲ ਲਈ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ ਵੀਰ ਜੀ 15/4/1991 ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਜੀ ਇਹ ਹੁਸ਼ਿਆਰਪੁਰ ਤੋਂ ਬੋਲ ਰਹੇ ਜੀ 15/4/1991 ਬਿਲਕੁਲ ਜਨਮ ਦਾ ਟਾਈਮ ਜੀ 8/2000 ਆਦੇ ਜੀ ਹਾਂਜੀ ਕੀ ਪੁੱਛਣਾ ਜੀ ਉਹ ਬਸ ਜੀ ਟੈਨਸ਼ਨ ਬੜੀ ਰਹਿੰਦੀ ਹੈ ਦਿਮਾਗ ਤੇ ਕੀ ਚੱਕਰ ਹੈਗਾ ਜੀ ਕੋਈ ਕਾਗਜ਼ਾਤ ਵੀ ਨਹੀਂ ਮਿਲਦੀ ਹੈ ਕੀ ਕਰਦੇ ਹੋ ਮੈਂ ਇੱਥੇ ਮੁਲਾਜ਼ਮ ਹੈਗਾ ਪੁਲਿਸ ਦੇ ਮੁਲਾਜ਼ਮ ਹੈਗੇ ਹੋ ਹਾਂਜੀ ਦੇਖੋ ਵੀਰ ਜੀ ਪਤਾ ਕੀ ਗੱਲ ਹੈ ਤੁਹਾਡੀ ਹਰ ਕੰਮ ਚ ਸਟਾਰਟਿੰਗ ਵਧੀਆ ਐਂਡ ਜ਼ੀਰੋ ਬਿਲਕੁਲ ਬਿਲਕੁਲ ਇੱਥੇ ਜਿਹਨੂੰ ਤੁਸੀਂ ਕੁਛ ਸਮਝਾ ਦਿੰਦੇ ਹੋ ਉਹਦਾ ਕੰਮ ਬਣ ਜਾਂਦਾ ਤੁਹਾਡਾ ਨਹੀਂ ਬਣਦਾ ਬਿਲਕੁਲ ਕਾਲ ਤੁਹਾਡੀ ਕਿੰਨਵੀਂ ਵਾਰ ਲੱਗੀ ਹੈ ਕਾਲ ਸ਼ਾਇਦ ਦੂਜੀ ਵਾਰ ਲੱਗੀ ਹੈ ਉਹ ਬਹੁਤ ਟਾਈਮ ਪਹਿਲੇ ਕਾਲ ਲੱਗੀ ਸੀ ਤੁਹਾਡੀ ਬਿਲਕੁਲ ਬਿਲਕੁਲ ਸਮਝ ਗਏ ਤੁਸੀਂ ਤਕਰੀਬਨ ਮੰਨ ਕੇ ਚੱਲੋ ਇਸ ਗੱਲ ਨੂੰ 1.5 ਸਾਲ ਤੋਂ ਜ਼ਿਆਦਾ ਹੋ ਗਿਆ ਹਾਂਜੀ ਹਾਂਜੀ ਇੰਨਾ ਟਾਈਮ ਹੋ ਗਿਆ ਕਿ ਨਹੀਂ ਬਿਲਕੁਲ ਬਿਲਕੁਲ ਦੇਖ ਲਓ ਅਸੀਂ ਜਦੋਂ ਕਿਸੇ ਦੀ ਕਾਲ ਲੱਗਦੀ ਸਾਨੂੰ ਪਤਾ ਹੁੰਦਾ ਬਿਲਕੁਲ ਠੀਕ ਹੈ ਜੀ ਹਾਂਜੀ ਵੀਰ ਜੀ ਇੱਕ ਤਾਂ ਟੁੱਟੀ ਹੋਈ ਕੁਰਸੀ ਮੇਜ਼ ਘਰੇ ਰੱਖਣਾ ਓਕੇ ਪੁੱਠਾ ਦਿਮਾਗ ਨਹੀਂ ਚਲਾਣਾ ਠੀਕ ਹੈ ਦੇਖੋ ਜੇ ਪੁੱਠੇ ਦਿਮਾਗ ਚਲਾਣਾ ਫਾਇਦਾ ਹੁੰਦਾ ਫਿਰ ਚਲਾਓ ਠੀਕ ਹੈ ਜੇ ਨਹੀਂ ਹੁੰਦਾ ਫਿਰ ਨਾ ਚਲਾਓ ਓਕੇ ਕਹਿੰਦੇ ਹੁੰਦੇ ਆ ਰੱਬ ਪਤਾ ਨਹੀਂ ਕਿਹੜੇ ਰੰਗਾਂ 'ਚ ਬੰਦੇ ਨੂੰ ਰੱਖਦਾ ਹਾਂਜੀ ਤੇ ਜੇ ਬੰਦਾ ਜਾਵੇ ਨਾ ਤੇ ਆਸਮਾਨ ਤੇ ਪੌੜੀ ਲਾ ਦੇਵੇ ਬਿਲਕੁਲ ਲੱਗਦੀ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਕਿ ਗਲਤ ਹੈ ਬਿਲਕੁਲ ਸਹੀ ਗੱਲ ਇਸ ਕਰਕੇ ਵੀਰ ਜੀ ਤੁਹਾਡਾ ਪਹਿਲੇ ਟਾਈਮ ਤੁਹਾਡਾ 2013 ਤੋਂ ਲੈ ਕੇ 2014 ਤੱਕ ਮਾੜਾ ਰਿਹਾ ਹਾਂਜੀ ਹਾਂਜੀ ਫਿਰ ਟਾਈਮ ਤੁਹਾਡਾ 15 ਤੋਂ ਲੈ ਕੇ 15 ਦੇ 7 ਮਹੀਨੇ ਫਿਰ ਮਾੜਾ ਰਿਹਾ ਹਾਂਜੀ ਹਾਂਜੀ ਫਿਰ ਟਾਈਮ ਤੁਹਾਡਾ ਸ਼ੁਰੂ ਹੋ ਗਿਆ 2016 ਦੇ 10ਵੇਂ ਮਹੀਨੇ ਤੋਂ ਹੁਣ ਫਿਰ ਮਾੜਾ ਹਾਂਜੀ ਹਾਂਜੀ ਕਿਸੇ ਇਲਜ਼ਾਮ ਤੋਂ ਬਚ ਕੇ ਰਹਿਣਾ ਠੀਕ ਹੈ ਜੀ ਧਾਰਮਿਕ ਸਥਾਨ ਤੇ ਚਿੱਟੀ ਚੀਜ਼ ਦਾ ਦਾਨ ਦੇਣਾ ਦਹੀਂ ਮਲ ਕੇ ਨਹਾਉਣਾ ਕਦੇ ਕਦੇ ਠੀਕ ਹੈ ਜੀ ਤੇ ਆਪਦੇ ਸਰੀਰ ਦਾ ਧਿਆਨ ਰੱਖਣਾ ਠੀਕ ਹੈ ਜੀ ਤੇ ਕਈ ਗੱਲਾਂ ਇਹੋ ਜਿਹੀਆਂ ਜਿਹੜੀਆਂ ਮੈਂ ਟੀਵੀ ਤੇ ਬੈਠ ਕੇ ਵੀ ਨਹੀਂ ਕਰਨੀਆਂ ਤੁਹਾਡੇ ਨਾਲ ਓਕੇ ਤੁਸੀਂ ਮੈਨੂੰ ਆਣ ਕੇ ਮਿਲਣਾ ਤੇ ਲਾਰ ਮਾਲ ਆਪਦੇ ਕੋਲੇ ਰੱਖਣਾ ਤੇ ਇੱਕ ਤੁਸੀਂ ਪੁਲਿਸ 'ਚ ਬੇ ਸਕੇ ਗਏ ਹੋ ਹਾਂਜੀ ਮੈਂ ਕਿਹਾ ਬੇਸ਼ੱਕ ਤੁਸੀਂ ਪੁਲਿਸ 'ਚ ਹੈਗੇ ਹੋ
ਹਾਂਜੀ ਹਾਂਜੀ ਲੇਕਿਨ ਫਿਰ ਵੀ ਪੁਲਿਸ ਕੇਸ ਤੋਂ ਬਚ ਕੇ ਰਹੀ ਹੋ ਓਕੇ ਸਰ ਓਕੇ ਇਸ ਚੀਜ਼ ਦਾ ਪੂਰਾ ਧਿਆਨ ਰੱਖਣਾ ਲਾਲ ਮਾਲ ਸੂਤੀ ਹਮੇਸ਼ਾ ਤੁਹਾਡੀ ਜਦੋਂ ਵਰਦੀ ਪਾਣੀ ਹੈ ਠੀਕ ਹੈ ਤੁਹਾਡੇ ਕੋਲੇ ਹੋਵੇ ਜਾਂ ਸਿੰਪਲ ਕੱਪੜੇ ਪਾਣੇ ਤਾਂ ਜੇਬ 'ਚ ਹੋਵੇ ਦੋ ਚਾਲ ਮਾਰ ਲਿਆ ਕੇ ਰੱਖੋ ਠੀਕ ਹੈ ਮਲਮਲ ਦਾ ਕੱਪੜਾ ਠੀਕ ਹੈ ਉਹਦੇ ਪਤਲੇ ਪਤਲੇ ਛੋਟੇ ਛੋਟੇ ਰੁਮਾਲ ਬਣਾ ਲਓ ਠੀਕ ਹੈ ਸੂਤੀ ਕੱਪੜਾ ਚਾਹੀਦਾ ਕਿ ਮਲਮਲ ਸੂਤੀ ਸੂਤੀ ਮਲਮਲ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਕਰੋ ਤੇ ਰੋਟੀ ਸੋਈ ਖਾਇ ਕਰੋ ਇੱਕੋ ਹੀ ਤੁਸੀਂ ਜਦੋਂ ਟਾਈਮ ਲੱਗੇ ਮੈਨੂੰ ਮਿਲ ਕੇ ਜਾਇਓ ਓਕੇ ਸਰ ਜ਼ਰੂਰ ਆਊਗਾ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਬੋਲ ਰਿਹਾ ਸ਼ੁਭਮ ਹਾਂਜੀ ਮੈਂ ਰੁਦਰਪੁਰੋਂ ਹਾਂਜੀ ਸਰ ਆਪਣੇ ਬਾਰੇ ਮੈਂ ਪੁੱਛਣਾ ਸੀ ਕਿ ਮੈਂ ਨਾ ਬਾਹਰ ਦੀ ਫਾਈਲ ਲਾਈ ਹੋਈ ਹੈ ਮਤਲਬ ਆਸਟ੍ਰੇਲੀਆ ਦੀ ਸੌਰੀ ਮੈਨੂੰ ਡੇਟ ਵਾਰ ਦੱਸੋ ਪਹਿਲੇ ਸਰ ਜੀ ਮੇਰਾ ਡੇਟ ਆਫ ਬਰਥ ਹੈ 1 ਮਾਰਚ 1994 1 ਮਾਰਚ 1994 ਜਨਮ ਦਾ ਟਾਈਮ ਟਾਈਮ ਹੈਗਾ ਮੇਰਾ 11:20 ਦਾ ਰਾਤ ਦਾ ਕਿ ਦਿਨ ਦਾ ਰਾਤ ਦਾ 11:20 ਕਿੱਥੇ ਦੀ ਲਾਈ ਹੈ ਫਾਈਲ ਹਾਂਜੀ ਫਾਈਲ ਕਿੱਥੇ ਦੀ ਲਾਈ ਹੈ ਮੈਂ ਜੀ ਆਸਟ੍ਰੇਲੀਆ ਦੀ ਕਿੰਨੀ ਦੇਰ ਹੋ ਗਈ ਫਾਈਲ ਲਾਈ ਨੂੰ ਸਰ ਮੇਰੇ ਕੋਲ ਹੋ ਗਏ ਹੈ 5 ਮਹੀਨੇ ਤੁਹਾਡਾ ਕੰਮ ਅੜਿਆ ਪਿਆ ਹਾਂਜੀ ਹਾਂਜੀ ਦਿਨ ਦੇ ਟਾਈਮ ਗੱਲ ਕਰੀਓ ਹਾਂਜੀ ਤੇ ਕੰਮ ਤੁਹਾਡਾ ਬਣੂਗਾ ਫਰਵਰੀ ਦੇ ਵਿੱਚ ਕਦ ਕਦ ਜੀ ਫਰਵਰੀ ਤੋਂ ਬਾਅਦ ਕੰਮ ਬਣਨਾ ਪਰ ਇੱਕੋ ਹੀ ਦਿਨ ਦੇ ਟਾਈਮ ਗੱਲ ਕਰੀਓ ਹਾਂਜੀ ਹਾਂਜੀ ਦਿਨੇ ਗੱਲ ਕਰੀਓ ਲੰਬਾ ਕੰਮ ਹੈ ਤੁਹਾਡਾ ਟੇਵਾ ਜਿਹੜਾ ਦੇਖਣਾ ਜਿਹੜਾ ਅੱਛਾ ਅੱਛਾ ਜੀ ਤੇ ਕਿਤੇ ਇਹ ਨਾ ਹੋਵੇ ਕਿ ਤੁਸੀਂ ਬਾਹਰ ਜਾਂਦੇ ਅਰਮਾਨਾਂ ਤੋਂ ਹੀ ਰਹਿ ਜਾਓ ਅੱਛਾ ਜੀ ਕਈ ਵਾਰੀ ਕੀ ਹੁੰਦਾ ਕਿ ਬੰਦੇ ਦੇ ਮੇਰੇ ਕੋਲ ਇਹੋ ਜਿਹੇ ਬੰਦੇ ਵੀ ਆਉਂਦੇ ਆ ਜਿਨ੍ਹਾਂ ਦੇ 8-8 ਹੁੰਦੇ ਆ ਹਾਂਜੀ ਹਾਂਜੀ ਤੇ ਲੇਕਿਨ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਮਿਲਦਾ ਹਾਂਜੀ ਔਰ ਆਮ ਬੰਦਾ ਕਹਿ ਦਿੰਦਾ ਹੈਗਾ ਚਲੋ ਨਹੀਂ ਤਾਂ ਸਾਈਪ੍ਰੈਸ ਚਲੇ ਜਾਂਦੇ ਆ ਹਾਂਜੀ ਤੇ ਸਾਈਪ੍ਰੈਸ ਦਾ ਬੰਦਾ 5 ਤੇ ਵੀ ਚਲੇ ਜਾਂਦਾ ਹਾਂਜੀ ਹਾਂਜੀ ਲੇਕਿਨ ਉਹਨੂੰ ਉੱਥੇ ਦਾ ਵੀਜ਼ਾ ਵੀ ਨਹੀਂ ਮਿਲਿਆ ਅੱਛਾ ਜੀ ਇਹ ਜਦੋਂ ਗ੍ਰਹਿ ਖਰਾਬ ਹੁੰਦੇ ਨਾ ਉਦੋਂ ਬੜੀਆਂ ਉਲਝਣਾਂ ਆਉਂਦੀਆਂ ਇਸ ਕਰਕੇ ਕਹਿੰਦੇ ਕਿ ਆਪਾਂ ਜਦੋਂ ਇੰਨੇ ਪੈਸੇ ਲਾਉਂਦੇ ਆ ਹਰ ਸ਼ਹਿਰ ਦੇ ਵਿੱਚ ਤੁਹਾਡੇ ਕੋਈ ਨਾ ਕੋਈ ਬ੍ਰਾਹਮਣ ਬੈਠੇ ਬੜੇ ਵਿਦਵਾਨ ਕਿਤੇ ਨਾ ਕਿਤੇ ਆਪਦੀ ਜਨਮ ਕੁੰਡਲੀ ਪਹਿਲੇ ਜ਼ਰੂਰ ਦਿਖਾ ਕੇ ਜਾਓ ਕਿ ਅਸੀਂ ਬਾਹਰ ਜਾਵਾਂਗੇ ਕਿ ਨਹੀਂ ਜਾਵਾਂਗੇ ਜੇ ਜਾਵਾਂਗੇ ਤੇ ਕੀ ਉਪਾਅ ਕਰੀਏ ਹਾਂਜੀ ਤੁਸੀਂ ਇੱਕ ਦਿਨ ਦੇ ਟਾਈਮ ਗੱਲ ਕਰੀਓ ਜੈ ਸ਼੍ਰੀ ਰਾਮ ਸਰ ਕਿਸ ਟਾਈਮ ਸਵੇਰੇ 10 ਤੋਂ ਬਾਅਦ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ ਜੀ 18 ਸਤੰਬਰ 2005 ਜਨਮ ਦਾ ਟਾਈਮ 6:05 ਸ਼ਾਮ ਦੇ ਕੀ ਬੋਲਣਾ ਚਾਹੁੰਦੇ ਹੋ ਮੈਂ ਆਪਣੇ ਬੱਚੇ ਬਾਰੇ ਪੁੱਛਣਾ ਚਾਹੁੰਦੀ ਹਾਂ ਜਸ਼ਨਪ੍ਰੀਤ ਸਿੰਘ ਹੈ ਨਾਮ ਦਾ ਅੱਛਾ ਜੀ ਸਰ ਕੋਈ ਪੜ੍ਹਾਈ ਚ ਨਹੀਂ ਤੇਜ ਕੁਛ ਨਹੀਂ ਕੰਮ ਕਰਕੇ ਰਾਜੀ ਦੱਸੋ ਉਹਦੇ ਬਾਰੇ ਕੁਛ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਅਸੀਂ ਕੁਰਸ਼ੇਤਰ ਤੋਂ ਬੋਲ ਰਹੇ ਹਾਂ ਇਹ ਬੱਚਾ ਨਾ ਕੰਮ ਨੂੰ ਦੇਖ ਕੇ ਘਬਰਾ ਜਾਂਦਾ ਹਾਂਜੀ ਇਹਦੇ ਤੋਂ ਪਿਆਰ ਨਾਲ ਕੰਮ ਜਿੰਨਾ ਮਰਜ਼ੀ ਲੈ ਲਓ ਹਾਂਜੀ ਗੁੱਸੇ ਨਾਲ ਕੁਛ ਨਹੀਂ ਦੂਜੇ ਨੰਬਰ ਤੇ ਕੋਈ ਵੀ ਗੱਲ ਹੋਵੇ ਬੋਲੂਗਾ ਜ਼ਿਆਦਾ ਖਿੱਚਦਾ ਜ਼ਿਆਦਾ ਹੈ ਆਪਦੀ ਚੀਜ਼ ਰੱਖੀ ਭੁੱਲ ਜਾਂਦਾ ਹੈ ਸੋਚ ਲੈਂਦਾ ਮੇਰਾ ਕੀ ਬਣੂਗਾ ਠੀਕ ਹੈ ਜੀ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਬੱਚੇ ਕੋਲੋਂ ਇੱਕ ਵਾਰੀ ਵੀਰਵਾਰ ਨੂੰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦਵਾਣੀ ਛੋਲਿਆਂ ਦੀ ਦਾਲ ਧਾਰਮਿਕ ਸਥਾਨ ਤੇ ਦਾਨ ਦਵਾਣੀ ਸੱਤਵੀਂ ਸਤਾਂਬੇ ਦੇ ਜ਼ਮੀਨ ਦੇ ਵਿੱਚ ਦਬਣੇ ਆ ਤੁਹਾਨੂੰ ਸੂਰਜ ਨੂੰ ਜਲ ਦੇਣਾ ਸੂਰਜ ਨੂੰ ਜਲ ਦੇਣਾ ਸੱਤਵੀਂ ਸਤਾਂਬੇ ਦੇ ਆ ਤੁਹਾਨੂੰ ਜ਼ਮੀਨ ਚ ਦਬਣੇ ਸੌਫ ਜ਼ਿਆਦਾ ਖਾਣੀ ਫਿਰ ਆਪਾਂ ਅਗਲੇ ਉਪਾਏ ਕਰਾਂਗੇ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਕੌਣ ਜੀ ਡੇਟ ਔਰ ਟਾਈਮ ਦੱਸੋ ਜੀ ਮੇਰਾ ਜੀ ਆਪਣੇ 29/3 ਹਾਂਜੀ 1972 ਜੀ ਜਨਮ ਦਾ ਟਾਈਮ ਨਹੀਂ ਜਾਣਦੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਬਸ ਆਪਣੇ ਸਰੀਰ ਬਾਰੇ ਪੁੱਛਣਾ ਚਾਹੁੰਦੇ ਸੀ ਕਿਵੇਂ ਕੰਮ ਦਿੰਦਾ ਜੀ ਕੀ ਕਰਦੇ ਹੋ ਦੁਕਾਨਦਾਰੀ ਕਰਦੇ ਹਾਂ ਜੀ ਪਹਿਲੀ ਗੱਲ ਤਾਂ ਬੈਂਕ ਬੈਲੈਂਸ 0 ਗਰਮੀਆਂ ਪਰੇਸ਼ਾਨ ਤੇ ਸਰਦੀਆਂ ਠੀਕ ਹਾਂਜੀ ਮਿਹਨਤ ਬਹੁਤ ਜ਼ਿਆਦਾ ਕਰਦੇ ਹੋ ਹਾਂਜੀ ਲੇਕਿਨ ਜਦੋਂ ਹਿਸਾਬ ਲਾਉਂਦੇ ਹੋ ਪੈਸਾ ਕੋਈ ਨਹੀਂ ਬਚਦਾ
ਹਾਂਜੀ ਇੱਕ ਜਦੋਂ ਪੈਸਾ ਆ ਜਾਂਦਾ ਖਰਚ ਦੇ ਇਹਨੇ ਰਾਹੀਂ ਹੋ ਹਾਂਜੀ ਸਿਰ ਢੱਕ ਕੇ ਰੱਖਣਾ ਹਾਂਜੀ ਜਲਦਬਾਜ਼ੀ ਨਹੀਂ ਜ਼ਿਆਦਾ ਕਰਨੀ ਕਿਸੇ ਨਾਲ ਜ਼ਿਆਦਾ ਬਹਿਸ ਨਾ ਨਹੀਂ ਹੋ ਹਾਂਜੀ ਯਾਰਾਂ ਦੋਸਤਾਂ ਤੋਂ ਦੂਰ ਰਹਿਣਾ ਹਾਂਜੀ ਜਦੋਂ ਕਿਤੇ ਜਾਣਾ ਪੈਸੇ ਨਹੀਂ ਆਪਦੇ ਕੋਲੇ ਰੱਖਣੇ ਹਾਂਜੀ ਇੱਕ ਕਿਸੇ ਨੂੰ ਆਪਦੀ ਸਲਾਹ ਨਹੀਂ ਦੇਣੀ ਠੀਕ ਹੈ ਜੀ ਇੱਕ ਸਲਾਹ ਦਿੰਦੇ ਹੋ ਨਾਲੇ ਪੈਸੇ ਕਰਦੇ ਨਾਲੇ ਬੰਦਾ ਤੁਹਾਡੇ ਕੋਲੋਂ ਦੂਰ ਹੋ ਜਾਂਦਾ ਹਾਂਜੀ ਹਾਂਜੀ ਰੋਟੀ ਰਸੋਈ ਚ ਖਾਣੀ ਪਾਣੀ ਲੀਕ ਨਹੀਂ ਰਹਿਣ ਦੇਣਾ ਪਾਣੀ ਲੀਕ ਨਹੀਂ ਰਹਿਣ ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਚਾਵਲ ਧਾਰਮਿਕ ਸਥਾਨ ਤੇ ਇੱਕ ਵਾਰੀ ਸੋਮਵਾਰ ਨੂੰ ਦਾਨ ਦੇਣੇ ਠੀਕ ਹੈ ਜੀ ਇਹ ਉਪਾਏ ਕਰੋ ਜੇ ਫਾਇਦਾ ਹੋ ਜੇ ਤੇ ਮੈਨੂੰ ਤੁਸੀਂ ਮਿਲ ਲਿਓ ਹਾਂਜੀ ਜੈ ਸ਼੍ਰੀ ਰਾਮ ਹੈਲੋ ਨਮਸਕਾਰ ਪੰਡਿਤ ਜੀ ਨਮਸਕਾਰ ਜੀ ਸਰ ਪਠਾਨਕੋਟ ਤੋਂ ਨਵਨੀਤ ਕੁਮਾਰ ਬੋਲ ਰਹੇ ਹਾਂ ਡੇਟ ਆਫ ਟਾਈਮ ਦੱਸੋ 30/10/1981 ਜੀ ਸਵੇਰੇ 2 ਵਜੇ ਬ੍ਰਹਸਪਤੀ ਬਾਰ ਹਾਂਜੀ ਕੀ ਬੋਲਣਾ ਚਾਹ ਸਵੇਰੇ ਕਿੰਨੇ ਵਜੇ ਸਵੇਰੇ 2 ਵਜੇ ਸਰ 2 ਵਜੇ ਹਾਂਜੀ ਹਾਂਜੀ ਕੀ ਬੋਲਣਾ ਜੀ ਮੈਂ ਆਪਣੇ ਬਾਹਰ ਜਾਣ ਦਾ ਅੱਗੇ ਬਾਰੇ ਪੁੱਛਣਾ ਕਿ ਬਾਹਰ ਦਾ ਹੈ ਕੋਈ ਚਾਂਸ ਇੱਕ ਵਾਰੀ ਪਹਿਲਾਂ ਫਾਈਲ ਆਈ ਤੇ ਉਹਦੇ ਵਿੱਚ ਰਿਜੈਕਟ ਹੋ ਗਿਆ ਦੋ ਮਹੀਨੇ ਪਹਿਲਾਂ ਹੁਣ ਅੱਗੇ ਫਿਰ ਕੋਸ਼ਿਸ਼ ਕਰ ਰਹੇ ਜਾਣ ਦੀ ਬਾਬੂ ਜੀ ਤੁਸੀਂ ਬੜਾ ਔਖਾ ਪੜੇ ਹੋ ਲਾਸਟ ਤੇ ਜਾ ਕੇ ਮਿਹਨਤ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਹਲੇ ਤੁਹਾਡਾ ਕੋਈ ਯੋਗ ਨਹੀਂ ਸੀ ਲਾਉਣ ਦਾ ਫਾਈਲ 8ਵੇਂ ਮਹੀਨੇ ਤੋਂ ਬਾਅਦ ਜਾਣ ਦਾ ਯੋਗ ਬਣੂਗਾ ਅੱਛਾ ਜੀ ਇੱਕ ਵਾਰੀ ਆ ਕੇ ਮਿਲੋ ਇੱਕ ਬੋਲਣਾ ਘੱਟ ਹੈ ਬਹਿਸਣਾ ਘੱਟ ਹੈ ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ ਠੀਕ ਹੈ ਜੀ ਪਿੱਪਲ ਤੇ ਜਲ ਚੜਾਉਣਾ ਕਦੇ ਕਦੇ ਠੀਕ ਹੈ ਜੀ ਕੇਸਰ ਦਾ ਤਿਲਕ ਲਗਾਉਣਾ ਹਾਂਜੀ ਤੇ ਘਰਦਿਆਂ ਦੇ ਨਾਲ ਲੜਨਾ ਨਹੀਂ ਹੋ ਠੀਕ ਹੈ ਜੀ ਇਸ ਚੀਜ਼ ਦਾ ਪੂਰਾ ਪ੍ਰੇਜ ਕਰਨਾ ਹੈ ਠੀਕ ਹੈ ਜੀ ਤੇ ਬਾਹਰ ਚਲੇ ਜਾਓਗੇ ਟਾਈਮ ਲੱਗੂਗਾ ਜੈ ਸ਼੍ਰੀ ਰਾਮ ਜੀ ਤੇ ਹੁਣ ਜਿਹੜੀ ਬਾਤ ਇੱਕ ਵਾਰੀ ਆ ਕੇ ਮਿਲ ਲਓ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡੇਟ ਟੂ ਟਾਈਮ ਦੱਸ ਦਿਓ ਡੇਟਾ ਉਹ ਵਾਰਤਾ 7/4/1980 ਜੀ ਦੁਪਹਿਰ 12:20 ਜੀ ਹਾਂਜੀ ਕੀ ਬੋਲਣਾ ਚਾਹੁੰਦੇ ਹੋ ਪਾਣੀ ਵੀ ਮਿਲ ਜਾਵਾਂਗੇ ਮੈਂ 2019 ਦੇ ਵਿੱਚ ਪੈਨਸ਼ਨ ਆ ਰਿਹਾ ਉਹਦੇ ਬਾਅਦ ਮੇਰੀ ਨੌਕਰੀ ਲੱਗੂਗੀ ਨਹੀਂ ਲੱਗੂਗੀ ਫੌਜ ਚ ਗਏ ਹੋ ਹਾਂਜੀ ਫੌਜ ਚ ਆ ਗਈ ਮੈਂ ਦੇਖੋ ਜੀ ਨੌਕਰੀ ਤੁਹਾਨੂੰ ਕਦੋਂ ਆਣਾ ਕਦੇ ਤੁਸੀਂ ਮੈਂ 2019 December 'ਤੇ ਜੀ ਉਹ ਬੱਲੇ ਬੱਲੇ ਇੰਨੀ ਲਾਲੇ 2019 ਜਾਣਾ ਹੈ ਹਾਂਜੀ ਉਦੋਂ ਕਿਹੜੇ ਰਾਜੇ ਦੀ ਪ੍ਰਜਾ ਆਈ 2019 ਦੇ ਕਿਹੜੇ ਮਹੀਨੇ ਆਣਾ ਮੈਂ 2 December 'ਚ ਜੀ ਚਲੋ ਬਹੁਤ ਵਧੀਆ ਗੱਲ ਹੈ ਇੱਕ ਗੱਲ ਹੋਰ ਸੁਣ ਲਓ ਹਾਂਜੀ ਜੇ ਕਿਤੇ ਤੁਸੀਂ ਦਸੰਬਰ ਤੋਂ 4 ਮਹੀਨੇ ਪਹਿਲੇ ਆ ਜਾਂਦੇ ਹਾਂਜੀ ਤੇ ਤੁਹਾਡੇ ਸਾਰੇ ਰੁਪਈਏ ਖੁੱਡੇ ਲੈਣ ਲੱਗ ਜਾਣੇ ਸੀਗੇ ਅੱਛਾ ਜੀ ਹੁਣ ਤੁਸੀਂ ਜਿਹੜੇ ਆਪਦੇ ਪੈਸੇ ਲੈਣੇ ਹੈ ਹਾਂਜੀ ਰਿਟਾਇਰਮੈਂਟ ਦੇ ਹਾਂਜੀ ਇਹ ਵੀ ਦਸੰਬਰ ਤੋਂ ਬਾਅਦ ਜੇ ਤੁਹਾਨੂੰ ਮਿਲਣ ਤੇ ਜ਼ਿਆਦਾ ਵਧੀਆ ਗੱਲ ਹੈ ਠੀਕ ਹੈ ਜੀ ਤੇ ਅੱਜ ਕੱਲ੍ਹ ਤੁਹਾਡਾ ਇੱਕ ਵਾਰੀ ਮੈਨੂੰ 2019 ਦੇ ਸਟਾਰਟਿੰਗ 'ਚ ਮਿਲ ਲਿਓ ਠੀਕ ਹੈ ਉਦੋਂ ਤੁਹਾਡੇ ਨਾਲ ਕੋਈ ਧੋਖਾ ਹੋਊਗਾ ਜਾਂ ਤੁਹਾਡਾ ਐਕਸੀਡੈਂਟ ਹੋਊਗਾ ਧੋਖਾ ਹੋਊਗਾ ਪੈਸੇ ਦਾ ਇਸ ਕਰਕੇ ਆਪਾਂ ਉਦੋਂ ਉਪਾਏ ਕਰ ਲਾਂਗੇ ਇੱਕ ਵਾਰੀ ਮੈਨੂੰ ਤੁਸੀਂ ਉਦੋਂ ਸੰਪਰਕ ਕਰ ਲਿਓ ਤੇ ਕਾਰੋਬਾਰ 'ਚ ਸੈੱਟ ਹੋ ਜਾਓਗੇ ਤੁਹਾਡੇ ਬੱਚੇ ਵੀ ਬੜੇ ਸੈੱਟ ਹੋ ਜਾਓਗੇ ਇਹ ਨਾ ਤੁਸੀਂ ਹੁਣ ਚਿੰਤਾ ਕਰੋ ਠੀਕ ਹੈ ਜੈ ਸ਼੍ਰੀ ਰਾਮ ਇਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਦਿੱਲੀ ਦੀ ਅਪਾਇੰਟਮੈਂਟ 11 ਤਰੀਕ ਦੀ ਆਪਦੀ ਬੁੱਕ ਕਰਾ ਸਕਦੇ ਹੋ ਅੱਜ ਸਾਡਾ ਜਿਹੜਾ ਟਾਈਮ ਹੈ ਸਮਾਪਤ ਹੋ ਚੱਲਿਆ ਕੱਲ੍ਹ ਇਸੇ ਚੈਨਲ 'ਤੇ ਫਿਰ ਮਿਲਾਂਗੇ ਅੱਜ ਸਾਨੂੰ ਦੋ ਇਜਾਜ਼ਤ ਜੈ ਸ਼੍ਰੀ ਰਾਮ